ਪ੍ਰਭੂ ਸਿਬੀਆ ਮਿਸਿਸ ਸਿਬੀਆ ਅਤੇ ਬਰਕਰਾਰ। ਕਾਰਨ ਜਿਹੜੇ ਅਸਾਂ ਫਿਰ ਹੁਣ ਸਾਰੀ ਗੱਲ ਦੱਸੀ ਹੈ, ਅੱਗਲੇ ਮੈਂ ਇਹਨਾਂ ਤੋਂ ਟ੍ਰੀਟਮੈਂਟ ਲੈ ਰਿਹਾ ਸੀ, ECP ਦਾ ਟ੍ਰੀਟਮੈਂਟ ਮੈਂ ਲੈ ਰਿਹਾ ਸੀਗਾ। ਤੇ ਜਿਵੇਂ ਗੱਲ ਕਰਦੇ ਨੇ ਉਹ ਟ੍ਰੀਟਮੈਂਟ ਲੈਂਦੇ ਲੈਂਦੇ ਸੌ ਜਾਂਦੇ, ਮੈਂ ਵੀ ਸੌ ਜਾਂਦਾ ਸੀ। ਤੇ ਮੈਨੂੰ ਟ੍ਰੀਟਮੈਂਟ ਲੈ ਕੇ ਫਾਇਦਾ ਮਿਲਿਆ। ਮੈਂ ਉਸ ਚੀਜ਼ ਨੂੰ ਚਾਹੁੰਦਾ ਸੀਗਾ ਕਿ ਵੀ ਉਸ ਨੂੰ ਬਾਕੀ ਸਾਰਿਆਂ ਨਾਲ ਵੀ ਸ਼ੇਅਰ ਕਰਾਂ, ਕਿਉਂਕਿ ਹਰੇਕ ਦੀ ਲੋੜ ਹੁੰਦੀ ਹੈ। ਲੇਕਿਨ ਸਮਝਾਉਣਾ, ਸਾਰੀ ਗੱਲ ਦੱਸਣੀ, ਸਾਰੀ ਚੀਜ਼ ਕਰਨੀ, ਉਹ ਕਈ ਵਾਰੀ ਬਹੁਤ ਮੁਸ਼ਕਲ ਹੋ ਜਾਂਦਾ। ਤੇ ਮੈਂ ਡਾਕਟਰ ਸਿਬੀਆ ਨਾਲ ਗੱਲ ਕੀਤਾ ਵੀ ਕਰਕਰਾ ਸਾਹਿਬ ਆਪਣੇ ਬਹੁਤ ਪੈਟਰਨ ਹੈਗੇ ਨੇ ਸਾਡੇ ਸੀਨੀਅਰ ਸਿਟੀਜ਼ਨ ਕੌਂਸਲ ਦੇ, ਕਿ ਮੈਂ ਇਹਨਾਂ ਦੇ ਨਾਲ ਵੀ ਪਿਛਲੇ ਐਜ਼ ਏ ਚਾਰਟਰ ਮੈਂਬਰ ਲੱਗਿਆ ਹੋਇਆ। ਬਾਅਦ ਚਾਹੇ ਮੈਂ ਮੀਟਿੰਗਾਂ ਨਹੀਂ ਅਟੈਂਡ ਕਰਦਾ, ਲੇਕਿਨ ਮੈਸੇਜ ਇਹਨਾਂ ਦੇ ਜ਼ਰੂਰ ਆਉਂਦੇ ਰਹਿੰਦੇ ਹਨ। ਤੇ ਇਧਰੋਂ ਡਾਕਟਰ ਸਾਹਿਬ ਨਾਲ ਮੈਂ ਗੱਲ ਕੀਤੀ ਐਂਡ ਹੀ ਇਮੀਜੀਏਟਲੀ, ਇਸ ਕਰਕੇ ਸਪੈਸ਼ਲੀ ਡਾਕਟਰ ਸਿਬੀਆ ਲਈ ਮੈਂ ਚਾਹਾਂਗਾ ਕਿ ਆਪਾਂ ਨੂੰ ਇੱਕ ਜ਼ਬਰਦਸਤ ਅਪਲੌਜ ਦੇਣਾ ਚਾਹੀਦਾ ਹੈ। ਤੇ ਕਰਕਰਾ ਸਾਹਿਬ ਨੇ ਇਸ ਚੀਜ਼ ਨੂੰ ਮਟੈਰਲਾਈਜ਼ ਕਰਵਾ ਦਿੱਤਾ। ਤੇ ਹੁਣ ਤੁਸੀਂ ਇੱਥੇ ਬੈਠ ਕੇ ਜੋ ਸਾਰੀ ਗੱਲ ਸੁਣੀ ਹੈ, ਮੈਂ ਉਹਦੇ ਵਿੱਚ ਨਹੀਂ ਹੁਣ ਜਾਵਾਂਗਾ, ਲੇਕਿਨ ਤੁਸੀਂ ਇੱਕ ਚੀਜ਼ ਜ਼ਰੂਰ ਰਿਅਲਾਈਜ਼ ਕਰ ਲਈ ਹੋਣੀ ਹੈ ਵੀ ਇਹਦੀ ਜ਼ਰੂਰਤ ਹੈਗੀ। ਇਸ 84 ਲੱਖ ਜੂਨ ਚ ਪਰਮਾਤਮਾ ਨੇ ਇੱਕ ਵਾਰੀ ਆਪਾਂ ਨੂੰ ਸਰੀਰ ਦਿੱਤਾ, ਸਰੀਰ ਦੁਬਾਰਾ ਨਹੀਂ ਮਿਲਦਾ, ਇੱਕ ਗਿਫਟ ਹੈ ਵਾਹਿਗੁਰੂ ਵੱਲੋਂ। ਤੇ ਜੇ ਆਪਾਂ ਇਸ ਗਿਫਟ ਨੂੰ ਸੰਭਾਲ ਕੇ ਚੱਲਦੇ ਹਾਂ ਤੇ ਇਹ ਸਾਨੂੰ ਬਹੁਤ ਦੇਰ ਅਸੀਂ ਇੰਜੋਏ ਕਰ ਸਕਾਂਗੇ, ਬਹੁਤ ਦੇਰ ਇੰਜੋਏ ਕਰ ਸਕਾਂਗੇ ਅਤੇ ਚੰਗੀ ਤਰੀਕੇ ਨਾਲ ਇੰਜੋਏ ਕਰ ਸਕਾਂਗੇ। ਇਹ ਨਹੀਂ ਗਾ ਵੀ ਆਪਾਂ ਬੈਡ ਰਿਡਨ ਹੋ ਜਾਵੇ, ਬੈਡ ਰਿਡਨ ਨਾ ਹੋ। ਇਹ ਚੀਜ਼ ਮੈਂ ਗੱਲ ਸਾਰਿਆਂ ਨੂੰ ਕਹਿ ਦਿੰਦਾ ਕਿ ਬੈਡ ਰਿਡਨ ਨਾ ਹੋਇਓ, ਜਿਹੜੀ ਮਾਇਆ ਆਈ ਹੈ ਉਹ ਤੇ ਆਪਾਂ ਛੱਡ ਕੇ ਚੱਲੇ ਜਾਂਦੇ। ਇਸ ਕਰਕੇ ਬੈਡ ਰਿਡਨ ਨਾ ਹੋਇਓ, ਆਪਣੇ ਆਪ ਨੂੰ ਇਹ ਜਿਹੜੇ ਆਪਾਂ ਸਾਰੀ ਕਮਾਈ ਕੀਤੀ ਹੈ ਪਿਛਲੇ 50 ਸਾਲ, 60 ਸਾਲ, 70 ਸਾਲ, 80 ਸਾਲ, ਇਸ ਨੂੰ ਆਪਾਂ ਆਪਣੇ ਆਪ ਤੇ ਯੂਜ਼ ਕਰ ਲਈਏ। ਆਪ ਅੱਜ ਜਿਵੇਂ ਤੁਸੀਂ ਸਾਰੇ ਇੰਜੋਏ ਕਰ ਰਹੇ ਹੋ, ਇਸੇ ਤਰ੍ਹਾਂ ਇਸ ਨੂੰ ਇੰਜੋਏ ਕਰਦੇ ਰਹੋ। ਲਾਈਫ ਇਜ਼ ਏ ਵਨ ਟਾਈਮ ਸ਼ੋ, ਇਸ ਨੂੰ ਆਪਾਂ ਇੰਜੋਏ ਕਰਦੇ ਨੇ। ਇੰਜੋਏ ਕਰਨ ਵਾਸਤੇ ਨੈਚੁਰਲੀ ਹੈ ਵੀ ਟਿਕਟ ਤਾਂ ਲੈਣੀ ਪਊਗੀ, ਖਰਚਾ ਤੇ ਕਰਨਾ ਹੀ ਪਊਗਾ। ਤੇ ਇਹ ਜਿਹੜਾ ECP ਮੈਂ ਕਰਵਾਇਆ, ਹੁਣੇ 15 ਦਿਨ ਪਹਿਲੇ ਮੇਰੀ ਕੰਪਲੀਸ਼ਨ ਹੋਈ ਹੈਗੀ ਆ, ਤੇ ਮੈਂ ਤਾਂ ਬਹੁਤ ਇੰਜੋਏ ਕੀਤਾ। ਬਾਡੀ ਅੱਗੇ ਨਾਲੋਂ ਜ਼ਿਆਦਾ ਬੈਟਰ ਜਿਹੜੀ ਆ ਉਹ ਪਰਫੋਰਮ ਕਰ ਰਹੀ ਹੈਗੀ ਆ। ਤੇ ਇਸ ਕਰਕੇ ਮੇਰੇ ਸਾਰਿਆਂ ਵੀਰਾਂ ਨੂੰ ਬੇਨਤੀ ਹੈ ਕਿ ਇਹ ਇੱਕ ਮੈਂ ਜਾ ਕੇ ਇਹਨਾਂ ਨੂੰ ਕਿਤੇ ਹੋਰ ਲੈਕਚਰ ਦਵਾਉਂਦਾ ਜਾਂ ਕਿਤੇ ਹੋਰ ਲੈਕਚਰ ਦਿੰਦੇ, ਹੋ ਸਕਦਾ ਪੂਰੀ ਗੱਲ ਸਮਝ ਨਾ ਆਉਂਦਾ। ਇੱਥੇ ਤੁਸੀਂ ਐਕਸਕਲੂਸਿਵਲੀ ਸੁਣਿਆ, ਸਵਾਲ ਜਿਹੜੇ ਨੇ ਉਹ ਪਹਿਲਾਂ ਵੀ ਪੁੱਛ ਲਏ, ਬਾਅਦ ਵਿੱਚ ਵੀ ਬੇਸ਼ੱਕ ਪੁੱਛ ਲਈਏ, ਲੇਕਿਨ ਆਓ ਆਪਾਂ ਆਪਣੇ ਸਮਾਜ ਨੂੰ ਚੰਗਾ ਕਰੀਏ, ਸਮਾਜ ਦੇ ਆਪਾਂ ਮੈਂਬਰ। ਤੇ ਇਸ ਕਰਕੇ ਮੈਂ ਕਰਕਰਾ ਸਾਹਿਬ, ਡਾਕਟਰ ਸਿਬੀਆ ਸਾਹਿਬ ਤੇ ਬਾਕੀ ਸਾਰੇ ਜਿਹੜੇ ਸੱਜਣ ਆਇਆ ਉਹਨਾਂ ਦਾ ਆਪਣੇ ਵੱਲੋਂ ਖਾਸ ਤੌਰ ਤੇ ਧੰਨਵਾਦ ਕਰਦਾ ਕਿ ਮੈਨੂੰ ਪ੍ਰਮਾਤਮਾ ਨੇ ਮੌਕਾ ਦਿੱਤਾ ਕਿ ਮੈਂ ਕੋਈ ਕੋਆਰਡੀਨੇਸ਼ਨ ਕਰ ਸਕਾਂ। ਥੈਂਕ ਯੂ ਵੈਰੀ ਮੱਚ। Program.